ਅਸਲਾਮ ਅਲੈਕਮ ਜੀ ਤਮਾਮ ਦੋਸਤਾਂ ਨੂੰ ਜੀ ਉਸਤਾਦ ਮੁਸਤਫਾ ਅੱਡੇ ਵਾਲੇ ਉਹਨਾਂ ਦੇ ਸ਼ਾਗਿਰਦ ਜਨਾਬ ਫਖਰੇ ਨਾਰੋਵਾਲ ਹਾਜੀ ਨਿਆਮਤ ਖਲੀਫਾ ਸਾਹਿਬ ਉਹਨਾਂ ਦੀ 7ਵੀਂ ਮਾਰਦੀ ਬੈਠਦੀ ਪਈ ਹੈ ਜੀ ਬਿਲਕੁਲ ਸਾਹਮਣੇ ਹੈ ਲੇਕਿਨ ਦੋਸਤੋ ਤੁਹਾਨੂੰ ਕੈਮਰੇ 'ਚ ਨਜ਼ਰ ਨਹੀਂ ਆ ਸਕੇਗੀ ਹਨੇਰਾ ਕਾਫੀ ਹੋ ਗਿਆ ਜਾ ਰਹੀ ਥੋੜੀ ਉੱਚੀ ਹੈ ਹਨੇਰੇ ਦੀ ਵਜ੍ਹਾ ਤੋਂ ਨਜ਼ਰ ਨਹੀਂ ਆ ਰਹੀ ਸੱਤਵੀਂ ਮਾਦੇ ਜਨਾਬ ਹਾਜੀ ਨਿਆਮਤ ਖਲੀਫਾ ਸਾਹਿਬ ਦੀ ਮਾਸ਼ਾਅੱਲਾ ਜੀ 7ਵੀਂ ਮਾਦਾ ਉਸਤਾਦ ਮੁਸਤਫਾ ਅੱਡੇ ਵਾਲੇ ਆਫ ਖੁਚਰਾਂ ਵਾਲਾ ਉਹਨਾਂ ਦੇ ਸ਼ਾਗਿਰਦ ਜਨਾਬ ਹਾਜੀ ਨਿਆਮਤ ਖਲੀਫਾ ਸਾਹਿਬ ਫਖਰੇ ਨਾਰੋਵਾਲ ਔਰ ਦੋਸਤੋ ਜਿਹੜੇ ਸਾਡੇ ਦੋਸਤ ਉਸ ਦਿਨ ਸਾਡੇ ਨਾਲ ਸਨ ਜੀ ਆਖਰੀ ਹੈ ਜੀ ਇਬਰਾਰ ਜਾਨੀ ਸਾਹਿਬ ਆਖਰੀ ਮਾਦੀ ਹੈ 7ਵੀਂ ਜੀ ਮੁਗਲ ਸਾਹਿਬ ਬਹੁਤ ਸ਼ੁਕਰੀਆ ਜਨਾਬ ਬਹੁਤ ਸ਼ੁਕਰੀਆ ਆਪਕਾ ਜੀ ਹਸਨੈਨ ਅਲੀ ਵਾਲੇਕੁਮ ਅਸਲਾਮ ਜਨਾਬ ਔਰ ਇਹ 7ਵੀਂ ਮਾਦੀ ਲੇਕਿਨ ਹਨੇਰਾ ਦੋਸਤਾਂ ਨੂੰ ਮੈਂ ਬੁਖਾਰ ਨਹੀਂ ਸਕਾਂਗਾ ਸਿਰ 'ਤੇ ਬਿਲਕੁਲ ਸਿਰ 'ਤੇ ਹੈ ਜਨਾਬ ਮਾਦੀ ਲੇਕਿਨ ਹਨੇਰੇ ਇਹ ਜਾ ਰਹੀ ਹੈ ਇਹ ਦੋਸਤੋ ਅਗਰ ਤੁਹਾਨੂੰ ਨਜ਼ਰ ਆ ਸਕੇ ਤਾਂ ਬਿਲਕੁਲ ਸਾਹਮਣੇ ਮੋਬਾਈਲ ਦੇ ਸੈਂਟਰ 'ਚ ਗੌਰ ਕਰੋ ਬਿਲਕੁਲ ਸਿਰ ਤੇ ਥੋੜਾ ਜਿਹਾ ਆ ਵੀ ਥੱਲੇ ਇੱਕ ਟਾਵਰ ਜੀ ਲਾਸਟ ਟਾਈਮ 7 ਵਜੇ ਦਾ ਜਨਾਬ ਔਰ 6:21 ਹੋ ਗਏ ਨੇ ਉਸ ਦਿਨ ਵੀ ਬਾਦੀ 6:21 'ਤੇ ਬੈਠੀ ਸੀ
ਪਰਸੋਂ 2 ਦਿਨ ਪਹਿਲੇ ਵੀ ਇਹ ਮਾਦੀ 6 ਇੱਕੀਆਂ ਤੇ ਹੀ ਬੈਠੀ ਸੀ। ਸੱਤਵੀਂ ਮਾਦਾ ਜਨਾਬ ਖਲੀਫਾ ਸਾਹਿਬ ਦੀ, ਔਰ ਇਹਦਾ ਟੋਟਲ ਟਾਈਮ 6:21 ਅਤੇ 6:37 ਪਿਛਲੀਆਂ ਦੋਵਾਂ ਭੜਕਾਂ ਦਾ। ਜੀ ਰਾਣਾ ਮਨਦੀਰ ਸਾਹਿਬ ਬਹੁਤ ਸ਼ੁਕਰੀਆ ਜਨਾਬ, ਜੀ ਰਾਣਾ ਜਹਾਂ ਜ਼ੇਬ ਸਾਹਿਬ ਬਹੁਤ ਸ਼ੁਕਰੀਆ, ਤਮਾਮ ਦੋਸਤਾਂ ਜਿਹੜੇ ਸਾਡੇ ਨਾਲ ਨੇ, ਔਰ ਸਾਡੀ ਵੀਡੀਓ ਵੀ ਸ਼ੇਅਰ ਕਰ ਛੜਿਆ ਕਰੋ ਯਾਰ, ਅਸੀਂ ਇੰਨੀ ਮਿਹਨਤ ਕਰਦੇ ਹਾਂ ਤੁਹਾਡੇ ਵਾਸਤੇ ਅਤੇ ਤੁਸੀਂ ਸਾਡੀ ਵੀਡੀਓ 'ਤੇ ਸ਼ੇਅਰ ਨਹੀਂ ਕਰਦੇ। ਜੀ ਬਰਾਜ ਜਾਨੀ ਸਾਹਿਬ ਕਹਿ ਰਹੇ ਆਈ ਹੈ ਨਜ਼ਰ, ਬਹੁਤ ਸ਼ੁਕਰੀਆ ਜਨਾਬ, ਥੋੜ੍ਹੀ ਨੀਚੇ ਆਤੀ ਹੈ ਤੋ ਮੈਂ ਆਪ ਦੋਸਤੋਂ ਕੋ ਦੁਬਾਰਾ ਦਿਖਾਤਾ ਹੂੰ, ਔਰ ਯੇ ਮੈਂ ਦੋਸਤੋਂ ਕੋ ਬਤਾਤਾ ਚਲੂੰ ਕਿ ਇਹ ਜੋ ਮਾਦੀ ਹੈ ਇਹ ਆਜ ਦੇਖੇ ਕਿਤਨੇ ਵਜੇ ਬੈਠਤੀ ਹੈ, ਇਸਸੇ ਪਿਛਲੇ ਦਿਨ 2 ਦਿਨ ਪਹਿਲੇ ਜੋ ਵੰਡੇ ਮੁਕਾਬਲਾ ਹੁਆ ਉਸਮੇ ਯੇ 6:21 ਪੇ ਬੈਠੀ, ਉਸਸੇ ਪਹਿਲ 2 ਦਿਨ ਪਹਿਲੇ ਜੋ ਮੁਕਾਬਲਾ ਹੁਆ ਉਸਮੇ ਯੇ 6:37 ਪੇ ਬੈਠੀ, ਔਰ ਆਜ ਅਭੀ ਤੱਕ ਇਸਕੀ ਪ੍ਰਵਾਜ਼ ਜਾਰੀ ਹੈ। 7 ਵਜੇ ਸੇ ਪਹਿਲੇ ਅਗਰ ਬੈਠੇ ਤੋ ਇਸਕਾ ਟਾਈਮ ਅਕਾਊਂਟ ਕੀਆ ਜਾਏਗਾ। ਜੈਸੇ ਕਿ ਆਪ ਦੋਸਤ ਜਾਣਤੇ ਹੋ ਕਿ ਸਲਾਰਾ ਕਬੂਤਰ ਜੋ ਥਾ ਵੋ 7:24 ਪੇ ਬੈਠਾ ਥਾ, ਲੇਕਿਨ ਉਸਕਾ ਟਾਈਮ ਅਕਾਊਂਟ ਨਹੀਂ ਹੋ ਸਕਾ ਥਾ। ਔਰ ਦੋਸਤੋਂ ਸੇ ਰਿਕੁਐਸਟ ਯੇ ਹੋਗੀ ਜ਼ਰੂਰ ਕਿ ਜਹਾਂ ਹਮ ਆਪ ਦੋਸਤੋਂ ਕੇ ਲੀ ਇਤਨੀ ਮਿਹਨਤ ਕਰਤੇ ਹੈ ਪੂਰਾ ਦਿਨ, ਬਲਕਿ ਪੂਰਾ ਦਿਨ ਨਹੀਂ ਸੁਬਹ 4 ਵਜੇ ਸੇ ਨਿਕਲ ਕੇ ਘਰ ਸੇ ਆਪ ਤਮਾਮ ਦੋਸਤੋਂ ਕੇ ਲੀਏ ਸ਼ੌਕ ਕੇ ਲੀਏ ਮਿਹਨਤ ਕਰਤੇ ਹੈ, ਤੋ ਆਪ ਦੋਸਤ ਵੀ ਵੀਡੀਓ ਕੋ ਸ਼ੇਅਰ ਜ਼ਰੂਰ ਕਰ ਦਿਆ ਕਰੇ। ਜੀ ਰਾਜਾ ਜਹਾਂ ਜ਼ੇਬ ਸਾਹਿਬ ਵਾਲੇਕੁਮ ਅਸਲਾਮ, ਰਾਜਾ ਸਾਹਿਬ ਵਾਲੇਕੁਮ ਸਲਾਮ ਮੋਹਤਰਮ, ਔਰ ਤਮਾਮ ਦੋਸਤੋਂ ਸੇ ਰਿਕੁਐਸਟ ਹੋਗੀ ਕਿ ਜਹਾਂ ਹਮ ਸਾਰਾ ਦਿਨ ਆਪ ਦੋਸਤੋਂ ਕੇ ਲੀਏ ਮਿਹਨਤ ਕਰਤੇ ਹੈ, ਤੋ ਆਪ ਜੀ ਰਾਜਾ ਜਹਾਂ ਜ਼ੇਬ ਸਾਹਿਬ ਬਹੁਤ ਸ਼ੁਕਰੀਆ, ਤੋ ਹਮਾਰੇ ਗ੍ਰੇਟ ਵਰਕ ਕਾ ਜੋ ਹੈ ਵੋ ਇਤਨਾ ਸਾ ਤੋ ਹੱਕ ਆਪ ਦੋਸਤੋਂ ਕੇ ਲੀਏ ਬਨਤਾ ਹੈ ਕਿ ਵੀਡੀਓ ਕੋ ਸ਼ੇਅਰ ਜ਼ਰੂਰ ਕੀਆ ਕਰੇਂ। ਲਓ ਜਨਾਬ ਬੈਠ ਗਈ ਮਾਦੀ, ਕਿੰਨੇ ਵਜੇ ਬੈਠੀ ਹੈ? 6:53 ਤੇ, ਮਾਸ਼ਾਅੱਲਾ ਜੀ 6:53 ਤੇ ਬੈਠ ਗਈ ਹੈ, ਔਰ ਇਹਦਾ ਸਾਰਾ ਟੋਟਲ ਟਾਈਮ 6:21 6:23 ਔਰ 6:37 ਤਿੰਨਾਂ ਫਿਰਤਾਂ ਦਾ ਟਾਈਮ ਇਹਦਾ, ਮਾਸ਼ਾਅੱਲਾ ਕਿਆ ਬਾਤ ਹੈ ਜੀ। ਕਿੱਧਰ ਗਈ ਹੈ ਤਾਰਾ ਜੀ? ਇਹ ਬੈਠੀ ਹੈ ਜੀ, ਥੱਲੇ ਲਾ ਲਈਏ ਅਤੇ ਫਿਰ ਤੁਹਾਨੂੰ ਦੋਸਤਾਂ ਨੂੰ ਸ਼ੌਕ ਕਰਾਉਂਦੇ ਹਾਂ। ਜੀ ਹਸਨੈਨ ਅਲੀ ਸਾਹਿਬ ਬਹੁਤ ਸ਼ੁਕਰੀਆ ਜਨਾਬ, ਜੀ ਰਾਜਪੂਤ ਜਾਵੇਦ ਸਾਹਿਬ ਬਹੁਤ ਸ਼ੁਕਰੀਆ ਜਨਾਬ, ਔਰ ਇਸ ਮਾਦਾ ਕੋ ਨੀਚੇ ਉਤਾਰ ਕੇ ਆਪ ਦੋਸਤੋਂ ਕੋ ਇਸਕਾ ਸ਼ੌਕ ਕਰਵਾਤੇ ਹੈ ਜਨਾਬ, ਔਰ ਜੋ ਆਜ ਕੇ ਪਰਿੰਦੇ ਜੋ ਬੈਠੇ ਉਨਕਾ ਸ਼ੌਕ ਕਰਵਾਤੇ ਹੈ, ਜੋ ਆਜ ਕੇ 7 ਪਰਿੰਦੇ ਜੋ ਇਸ ਮੁਕਾਬਲੇ ਮੇਂ ਹਿੱਸਾ ਲੈ ਰਹੇ ਥੇ। ਪਜ਼ਰਾ ਘੰਟੇ ਦੱਸਿਓ ਕਿੰਨੇ ਬਣੇ ਨੇ ਅੱਜ ਦੇ? ਮਾਸ਼ਾਅੱਲਾ ਜੀ ਜ਼ਬਰਦਸਤ ਪ੍ਰਵਾਸ, ਔਰ ਦੋਸਤਾਂ ਨੂੰ ਇੱਕ ਦਫਾ ਫਿਰ ਦੱਸਦੇ ਚੱਲੀਏ ਕਿ ਇਸ ਮਾਦੀ ਦੀਆਂ 3 ਪ੍ਰਵਾਜ਼ਾਂ, ਜਿਹੜਾ 2 ਦਿਨ ਪਹਿਲੇ ਕਬਲ ਵਨਡੇ ਉਡਾਇਆ ਗਿਆ ਉਹਦੇ 'ਚ ਮਾਦੀ 6:21 ਤੇ ਬੈਠੀ ਸੀ, ਉਸ ਤੋਂ 2 ਦਿਨ ਕਬਲ ਜਿਹੜਾ ਵਨਡੇ ਉਡਾਇਆ ਗਿਆ ਉਸ ਦਿਨ ਇਹ 6:37 ਤੇ ਬੈਠੀ ਸੀ, ਔਰ ਅੱਜ 6:53 ਤੇ। ਜੀ ਰਾਣਾ ਮਨੀਰ ਸਾਹਿਬ ਬਹੁਤ ਸ਼ੁਕਰੀਆ ਜਨਾਬ, ਚਲੋ ਜੀ ਜਿੰਨੀ ਦੇਰ ਤੱਕ ਮਾਦੀ ਥੱਲੇ ਨਹੀਂ ਉਤਰਦੀ ਦੂਸਰਿਆਂ ਦਾ ਸ਼ੌਕ ਕਰੋ ਜਨਾਬ, ਔਰ ਬੜੀ ਉਮਦਾ ਪ੍ਰਵਾਸ ਸਾਕਬ ਲਾਹ ਮਾਦੀ ਥੱਲੇ ਲਾਹ ਹਾਂ ਥੱਲੇ ਨੂੰ। ਜੀ ਭਾਇਨ ਸੱਜਾਦ ਸਾਹਿਬ ਮੋਸਟ ਵੈਲਕਮ ਜਨਾਬ, ਭਾਇਨ ਸੱਜਾਦ CS ਸਪੋਰਟਸ ਵਾਲੇ ਪਿੱਛੇ ਹੋ ਜਾਓ ਡਪੰਦੀ ਜੇ ਮਾਦੀ, ਠੀਕ ਹੈ ਠੀਕ ਮਾਦੀ ਨਾ ਡਪੰਦੀ ਜਾਲ ਜੀ। 14 ਛੱਤਾਂ ਇਸ ਮੁਕਾਬਲੇ 'ਚ ਹਿੱਸਾ ਲੈ ਰਹੀਆਂ ਨੇ, ਔਰ ਅਪਡੇਟ ਕਰਨਾ ਤੁਹਾਨੂੰ ਅੱਜ ਦਾ ਜਿਹੜਾ ਪੇਪਰ ਹੈ ਪਹਿਲੇ ਦਿਨ ਦਾ ਉਹਦੀ ਤਸਵੀਰ ਜਨਾਬ ਖਿੱਚ ਕੇ ਤੁਹਾਨੂੰ ਸੈਂਡ ਕਰ ਦਿੰਦੇ ਹਾਂ ਤਮਾਮ ਦੋਸਤਾਂ ਨੂੰ। ਅਭੀ ਤੱਕ ਜੋ
पहले नंबर पे जा रहा है वो है राणा शामी ऑफ नारवाल, 69 घंटे और 19 मिनट। लाला थले लाला बच के बच के। ए दोस्तों बादा 6:23 6:19 ते 6:37 लाला लाला थले लाला थले लाला फिर कराने हैं थले वेखदा नहीं तो उधर माशाल्लाह। लो दोस्तों तुहानू शौक करा दिए मादी दा। वो माफी दे दे बड़ी उम्दा प्रवास और तारे जट दी बड़ी मेहनत जनाब जी। फैसल अनवर साहब जी जनाब अथरी मार दी जी तारे जट दी। वेखो यदि जी है दो दिन पहले की प्रवास जी सी 6:21 की, उस तो 2 दिन पहले की जी वनडे की प्रवास सी 6:37 की, अज की जी प्रवास है वह जनाब 6:23 की। माशाला अथरी मार दी जी तारे जट दी। हाँ जी तारा जट जी आओ अंदर अंदर तुम भी सारा ही अंदर ही अंदर साढ़े कबूतर रोकी वेखने बस इन्नी बड़ी गल है जी। तारा जट बड़ी मेहनत करते हैं की नाम है जी इस मादी का? मादी का नाम जी लाखी अथरी। लाखी अथरी मादी जी तारे दी। ते इदा की टाइम सी फिरतां च तारा जी? फिरतां दे विच भी जनाब कोई 12:11:12 इत्थे क बैंदी सी। पहली बारी दे विच 11:15 बैठी। अच्छा। अगली बारी ते 53 दे बैठी। अच्छा। अगली बारी दे विच 6:37 दे बैठी। अगली च 6:22 ते अज 6:23 6:23 ते जरा बाहर कढ़ियो बाकी कबूतर भी जिहड़े उड़ के आए नहीं। इह बंद है दरवाजा कढ़ियो जरा सारी। ए दोस्तों जो अज के मुकाबले जिन्हें कबूतरों ने हिस्सा लिया सी उन्हों का शौक भी कर लो। माशाला जी ए 7 कबूतर जनाब जिन्होंने अज के मुकाबले हिस्सा लिया सी। जी फैसल अनवर साहब शौक हम हाथ में पकड़ के करवाते हैं लेकिन ये परिंदे आज मुकाबले में थे तो इनको पकड़ने के साथ ज्यादती होगी। फिर भी ये लाखी जो अथरी मार दी है इसका शौक आपको करवा देते हैं। पढ़ो जी तारा जी जरा। आखो खाओ हाँ जी ये फाड़ के जरा समझ लो जनाब लाखी अथरी। माशाल्लाह जी कुंदा भी चेक करायो जी जरा। माशाल्लाह क्या बात है जी। लाखी अथरी मार दी जी तारे दी क्या बात है जी। पंजे भी चेक करा दो। माशाल्लाह जबरदस्त जबरदस्त जी। माशाल्लाह दूजे भी करा दियो। ਐ ਕਿਹੜਾ ਜੀ ਇਹ ਤਾਂ ਤੂੰ ਪਹਿਲਾਂ ਜਿਹੜਾ ਮਾਦੀ ਤੇ ਬੈਠਾ ਕੀ ਕਿੰਨੇ 5:04 ਤੇ ਆ ਸਾਕ ਭਰੀਆਂ ਭਲੀਆਂ ਵਾਲਾ ਕਿੰਨੇ ਵੇ ਬੈਠਾ ਏ ਹਰੀਆਂ ਪਲ 5:04 ਜੀ ਹਰੀਆਂ ਭਲੀਆਂ ਵਾਲਾ ਅਲੀ ਵਾਲਾ ਅਲੀ ਵਾਲਾ ਕਬੂਤਰ ਜੀ। ਮਾਸ਼ਾਅੱਲਾ ਜੀ ਅੱਖ ਚੈੱਕ ਕਰਾਇਓ ਜਰਾ ਫੜ ਕੇ। ਮਾਸ਼ਾਅੱਲਾ ਕਿਆ ਬਾਤ ਹੈ ਕੁੰਦਾ ਵੀ ਚੈੱਕ ਕਰਾਓ ਜੀ ਜਰਾ। बहुत आला जनाब बहुत आला माशाल्लाह। माशाल्लाह क्या बात है जी। पंजे चेक करायो क्या बात है जी। बहुत आला बहुत आला।
ਬਾਕੀ ਹੁਣ ਨਾ ਉਲਟੇ ਕਰਨੇ ਕਬੂਤਰ ਨਾ ਬੜਾ ਵੱਡਾ ਗੁਨਾਹ ਆ ਲਓ ਜੀ ਚਲੋ ਇੱਕ ਦੋ ਹੁਣ ਤੁਸੀਂ ਕਿਹਾ ਤੇ ਮੈਂ ਕਰ ਦਿੱਤਾ ਨਹੀਂ ਤਾਂ ਹੁਣ ਲਓ ਦੋਸਤੋ ਇਹ ਕਬੂਤਰ ਅੱਜ ਉੱਡ ਕੇ ਆਏ ਦੇ ਨੇ ਯਕੀਨੀ ਤੌਰ ਤੇ ਤੁਹਾਨੂੰ ਇਹਨਾਂ ਬਾਕੀਆਂ ਦੇ ਵੀ ਸ਼ੌਕ ਕਰਵਾਉਂਦੇ ਲੇਕਿਨ ਕਬੂਤਰ ਜ਼ਰਾ ਉੱਡ ਕੇ ਆਏ ਦੇ ਨੇ ਇਹਨਾਂ ਨੂੰ ਖੁਰਾਕ ਦਿੱਤੀ ਦੀ ਹੈ ਅਤੇ ਇਸ ਵਾਸਤੇ ਫਿਰ ਕਿਸੇ ਵੇਲੇ ਨੈਕਸਟ ਟਾਈਮ ਇਨਸ਼ਾਅੱਲਾਹੁਲ ਅਜ਼ੀਜ਼ ਜਾਂ ਤੁਹਾਨੂੰ ਦੁਬਾਰਾ ਇਹਨਾਂ ਦਾ ਸ਼ੌਕ ਕਰਾਵਾਂਗੇ ਆਪਣਾ ਇਹ ਤੁਹਾਨੂੰ ਦੱਸਦੇ ਚੱਲੀਏ ਕਿ ਅੱਜ ਦੇ ਇਸ ਮੁਕਾਬਲੇ ਦੇ ਅੰਦਰ ਜਿਹੜਾ ਉਹ ਅੱਜ ਦੇ ਇਸ ਮੁਕਾਬਲੇ 'ਚ ਜਨਾਬ 14 ਛੱਤਾਂ ਨੇ ਹਿੱਸਾ ਲਿਆ ਦਾ ਸੀ 3 ਦਿਨ ਦਾ ਇਹ ਮੁਕਾਬਲਾ ਇਹਦੀ ਅਪਡੇਟ ਜਿਹੜੀ ਹੈ ਪੇਪਰ ਹੈ ਉਹ ਅਸੀਂ ਫੇਸਬੁੱਕ 'ਤੇ ਸੈਂਡ ਕਰ ਦਿੰਦੇ ਹਾਂ ਜਿੱਥੋਂ ਤੁਸੀਂ ਤਮਾਮ ਦੋਸਤ ਜਿਹੜਾ ਅੱਜ ਦਾ ਰਿਜ਼ਲਟ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਅੱਜ ਬਹੁਤ ਉਮਦਾ ਪ੍ਰਵਾਸ ਨਾਰੋਵਾਲ ਦੇ ਅੰਦਰ ਵੀ ਪੱਪੂ ਡੋਗਰ ਸਾਹਿਬ ਦੀ ਛੱਤ 'ਤੇ ਦਿਲਸ਼ਾਦ ਪਾਰਕ ਵਾਲੇ ਉਹਨਾਂ ਦੀ ਛੱਤ 'ਤੇ ਔਰ ਸਦਰ ਸਾਹਿਬ ਦੀ ਛੱਤ 'ਤੇ ਔਰ ਖਲੀਫਾ ਨਿਆਮਤ ਅਲੀ ਸਾਹਿਬ ਦੀ ਦੂਸਰੇ ਨੰਬਰ ਦੀ ਔਰ ਜਨਾਬ ਇਹ ਜਿਹੜੀ ਮਾਦਾ ਬੈਠੀ ਹੈ ਇਹਨੂੰ ਬਹਾਦਰ ਕਬੂਤਰ ਜਿਹੜਾ ਉਹਦਾ ਇਨਾਮ ਵੀ ਇਸ ਮਾਦੀ ਨੇ ਲਿਆ 6 ਤਰਈਆਂ 'ਤੇ ਬਹਾਦਰ ਕਬੂਤਰ ਉੱਧਰੋਂ ਜਨਾਬ ਜ਼ਫਰਵਾਲ ਤੋਂ ਰਾਣਾ ਸਾਜਰ ਸਾਹਿਬ ਉਹਨਾਂ ਦੀ ਬੜੀ ਅੱਛੀ ਕਾਰਕਰਦਗੀ ਹੈ ਮੀਆਂ ਮੁਹੰਮਦ ਅਸਲਮ ਸਾਹਿਬ ਦੇ ਵੀ 6 ਵਜੇ ਤੋਂ ਬਾਅਦ 3 ਕਬੂਤਰ ਬੈਠੇ ਨੇ ਉਹਨਾਂ ਦਾ ਜਿਹੜੀ ਅਪਡੇਟ ਹੈ ਜਿਹੜਾ ਰਿਜ਼ਲਟ ਹੈ ਉਹ ਇਨਸ਼ਾਅੱਲਾਹੁਲ ਅਜ਼ੀਜ਼ ਉਹ ਵੀ ਤੁਹਾਨੂੰ ਸੈਂਡ ਕਰਦੇ ਹਾਂ ਔਰ ਉਹਦੇ ਉਹ ਜ਼ਫਰਵਾਲ ਤੋਂ ਜਿਹੜਾ ਮੁਕਾਬਲਾ ਲੈ ਰਹੇ ਨੇ ਹਿੱਸਾ ਉਸਤਾਦ ਰਾਣਾ ਗੋਸ਼ੀ ਸਾਹਿਬ ਉਸਤਾਦ ਰਾਣਾ ਅਸਦ ਸਾਹਿਬ ਆਸ਼ਕ ਹਸੈਨ ਪਾਰਟੀ ਔਰ ਉਹਨਾਂ ਦੇ ਸ਼ਗੀਰਦ ਉਸਤਾਦ ਰਾਣਾ ਸਾਜਰ ਸਾਹਿਬ ਚੌਰੀ ਇਮਤਿਆਜ਼ ਹੀਰਾ ਬੀਨਾ ਵਾਲੇ ਸਿਆਲਕੋਟ ਵਾਲੇ ਉਹਨਾਂ ਦੇ ਸ਼ਗੀਰਦ ਦੇ ਖਾਸ ਉਸਤਾਦ ਮੁਹੰਮਦ ਅਸਲਮ ਸਾਹਿਬ ਰਾਜੀਆਂ ਤੋਂ ਉਹਨਾਂ ਦੇ ਕਬੂਤਰ ਵੀ 6 ਵਜੇ ਤੋਂ ਬਾਅਦ ਬੈਠੇ ਨੇ ਇਹਨਾਂ ਤਮਾਮ ਦਾ ਰਿਜ਼ਲਟ ਤੁਹਾਨੂੰ ਜਿਹੜਾ ਉਹ ਪੇਪਰ ਦੀ ਸੂਰਤ 'ਚ ਅਸੀਂ ਸੈਂਡ ਕਰ ਦਿੰਦੇ ਹਾਂ ਪੂਰਾ ਦਿਨ ਅਸੀਂ ਤੁਹਾਡੇ ਨਾਲ ਰਹੇ ਹਾਂ ਜਨਾਬ ਔਰ ਤੁਸੀਂ ਵੀ ਸਾਡੇ ਨਾਲ ਰਹੇ ਹੋ ਜਿੰਨੀਆਂ ਵੀਡੀਓ ਚੱਲੀਆਂ ਤੁਸੀਂ ਸਾਡੇ ਨਾਲ ਰਹੇ ਤੁਹਾਡੀ ਦੋਸਤਾਂ ਦੀ ਮੁਹੱਬਤਾਂ ਦਾ ਬਹੁਤ ਸ਼ੁਕਰੀਆ ਔਰ ਇੱਕ ਦਫਾ ਫਿਰ ਤੁਹਾਨੂੰ ਕਹਿੰਦੇ ਚੱਲੀਏ ਕਿ ਜਦੋਂ ਅਸੀਂ ਤੁਹਾਡੇ ਵਾਸਤੇ ਇੰਨੀ ਮਿਹਨਤ ਕਰਨੇ ਹਾਂ ਤਾਂ ਤੁਸੀਂ ਵੀ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜ਼ਿਲ੍ਹਾ ਨਾਰੋਵਾਲ ਦੇ ਔਰ ਤਹਿਸੀਲ ਜ਼ਫਰਵਾਲ ਦੇ ਸ਼ੌਕ ਦੇ ਹਵਾਲੇ ਨਾਲ ਵੀ ਪੰਜਾਬ 'ਚ ਔਰ ਪਾਕਿਸਤਾਨ 'ਚ ਪਤਾ ਚੱਲੇ ਕਿ ਜ਼ਿਲ੍ਹਾ ਨਾਰੋਵਾਲ ਦੀ ਕਬੂਤਰ ਪਰਵਰਿਸ਼ ਜਿਹੜੀ ਹੈ ਉਹ ਅਰੂਜ 'ਤੇ ਜਾ ਰਹੀ ਹੈ ਤੁਹਾਡੇ ਤਮਾਮ ਦੋਸਤਾਂ ਦਾ ਬਹੁਤ ਸ਼ੁਕਰੀਆ ਅਤੇ ਆਖਰੀ ਵਾਰੀ ਤੁਹਾਨੂੰ ਫਿਰ ਜਾਂਦੇ ਉਹ ਸ਼ੇਅਰ ਸੁਣਾਉਂਦੇ ਚੱਲੀਏ ਕਿ ਇੱਕ ਹੀ ਚੰਨ ਚੜ੍ਹਾ ਦਿੱਤਾ ਜੀ ਸਾਰਿਆਂ ਨੂੰ ਹਰਾ ਦਿੱਤਾ ਜੀ ਇਹਦੇ ਨਾਲ ਹੀ ਅਸੀਂ ਤੁਹਾਡੇ ਤਮਾਮ ਦੋਸਤਾਂ ਕੋਲੋਂ ਇਜਾਜ਼ਤ ਚਾਹਾਂਗੇ ਔਰ ਦਿਲੀ ਤੌਰ 'ਤੇ